ਅੱਜ ਕੁਛ ਸੋਸ਼ਲ ਮੀਡੀਆ 'ਤੇ ਮੈਂ ਕੁਝ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਦੇ ਸਤਿਕਾਰ ਦੇ ਮੁਤਾਬਕ ਨਹੀਂ ਗਲਤ ਨੇ, ਜਿਸ ਦੀ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਨਿੰਦਿਆ ਕਰਦਾ ਅਤੇ ਨਾਲ ਤਾੜਨਾ ਵੀ ਕਰਦਾ ਕਿ ਇਹੋ ਜਿਹੀਆਂ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਇਹ ਜੋ ਤਖ਼ਤ ਹੈ, ਗੁਰੂ ਦਾ ਤਖ਼ਤ ਹੈ, ਸਾਡੇ ਵਾਸਤੇ ਗੁਰੂ ਦਾ ਰੂਪ ਹੈ, ਔਰ ਸਿੰਘ ਸਾਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉੱਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਸ ਐਡੇ ਮਹਾਨ ਤਖ਼ਤ ਦੀ ਸੇਵਾ 'ਚ ਨੇ। ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਅਕਾਲ ਤਖ਼ਤ ਸਾਹਮਣੇ ਮਸਲਾ ਹੁੰਦਾ, ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ, ਕਦੇ ਵੀ ਸਿੰਘ ਸਾਹਿਬਾਨ ਦੇ ਸ਼ਾਨ ਦੇ ਖਿਲਾਫ਼ ਜਾਂ ਕੋਈ ਐਸਾ ਲਫ਼ਜ਼ ਕਿਸੇ ਤਰੀਕੇ 'ਚ ਵੀ ਸਾਡੇ ਮੂੰਹ 'ਚੋਂ ਨਹੀਂ ਨਿਕਲਣਾ ਚਾਹੀਦਾ ਜੋ ਉਹਨਾਂ ਦੀ ਸ਼ਾਨ ਦੇ ਮੁਤਾਬਕ ਨਾ ਹੋਵੇ। ਹਮੇਸ਼ਾ ਹੀ ਸਾਨੂੰ ਸਦਾ ਸਿੰਘ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ, ਹੁਣ ਫਿਰ ਮੈਂ ਦੁਬਾਰਾ, ਕਿਉਂਕਿ ਜਦੋਂ ਮੇਰੇ ਨੋਟਸ 'ਚ ਆਇਆ ਤਾਂ ਮੈਨੂੰ ਇਹ ਅਪੀਲ ਕਰਨੀ ਪਈ ਹੈ। ਸੋ ਮੈਂ ਅੱਜ ਫਿਰ ਪਿਆਰ ਨਾਲ ਵੀ ਕਰਦਾ, ਸਤਿਕਾਰ ਨਾਲ ਵੀ ਕਰਦਾ, ਅਤੇ ਨਾਲ ਕਹਿਣਾ ਚਾਹੁੰਦਾ ਕਿ ਕਦੇ ਵੀ ਇਹ ਨਾ ਜਾਣੇ ਅਣਜਾਣੇ ਵੀ ਮੂੰਹ 'ਚੋਂ ਇਹੋ ਜਿਹਾ ਲਫ਼ਜ਼ ਨਹੀਂ ਕੱਢਣਾ ਚਾਹੀਦਾ। ਸੋ ਇਹ ਬੇਨਤੀ ਕਰਕੇ ਮੈਂ ਸਾਰੀ ਸੰਗਤ ਨੂੰ ਦੁਬਾਰਾ ਫਿਰ ਫਤਿਹ ਬੁਲਾਉਣਾ ਕਿ ਕਦੇ ਇਸ ਤਰ੍ਹਾਂ ਦੇ ਲਫ਼ਜ਼ ਮੂੰਹ 'ਚੋਂ ਨਾ ਨਿਕਲ ਜਾਣ, ਅਤੇ ਇਹਨਾਂ ਲਫ਼ਜ਼ਾਂ ਨਾਲ ਸਭ ਦਾ ਸਤਿਕਾਰ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਅੱਜ ਕੁਛ ਸੋਸ਼ਲ ਮੀਡੀਆ 'ਤੇ ਮੈਂ ਕੁਝ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਦੇ ਸਤਿਕਾਰ ਦੇ ਮੁਤਾਬਕ ਨਹੀਂ ਗਲਤ ਨੇ, ਜਿਸ ਦੀ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਨਿੰਦਿਆ ਕਰਦਾ ਅਤੇ ਨਾਲ ਤਾੜਨਾ ਵੀ ਕਰਦਾ ਕਿ ਇਹੋ ਜਿਹੀਆਂ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਇਹ ਜੋ ਤਖ਼ਤ ਹੈ, ਗੁਰੂ ਦਾ ਤਖ਼ਤ ਹੈ, ਸਾਡੇ ਵਾਸਤੇ ਗੁਰੂ ਦਾ ਰੂਪ ਹੈ, ਔਰ ਸਿੰਘ ਸਾਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉੱਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਸ ਐਡੇ ਮਹਾਨ ਤਖ਼ਤ ਦੀ ਸੇਵਾ 'ਚ ਨੇ। ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਅਕਾਲ ਤਖ਼ਤ ਸਾਹਮਣੇ ਮਸਲਾ ਹੁੰਦਾ, ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ, ਕਦੇ ਵੀ ਸਿੰਘ ਸਾਹਿਬਾਨ ਦੇ ਸ਼ਾਨ ਦੇ ਖਿਲਾਫ਼ ਜਾਂ ਕੋਈ ਐਸਾ ਲਫ਼ਜ਼ ਕਿਸੇ ਤਰੀਕੇ 'ਚ ਵੀ ਸਾਡੇ ਮੂੰਹ 'ਚੋਂ ਨਹੀਂ ਨਿਕਲਣਾ ਚਾਹੀਦਾ ਜੋ ਉਹਨਾਂ ਦੀ ਸ਼ਾਨ ਦੇ ਮੁਤਾਬਕ ਨਾ ਹੋਵੇ। ਹਮੇਸ਼ਾ ਹੀ ਸਾਨੂੰ ਸਦਾ ਸਿੰਘ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ, ਹੁਣ ਫਿਰ ਮੈਂ ਦੁਬਾਰਾ, ਕਿਉਂਕਿ ਜਦੋਂ ਮੇਰੇ ਨੋਟਸ 'ਚ ਆਇਆ ਤਾਂ ਮੈਨੂੰ ਇਹ ਅਪੀਲ ਕਰਨੀ ਪਈ ਹੈ। ਸੋ ਮੈਂ ਅੱਜ ਫਿਰ ਪਿਆਰ ਨਾਲ ਵੀ ਕਰਦਾ, ਸਤਿਕਾਰ ਨਾਲ ਵੀ ਕਰਦਾ, ਅਤੇ ਨਾਲ ਕਹਿਣਾ ਚਾਹੁੰਦਾ ਕਿ ਕਦੇ ਵੀ ਇਹ ਨਾ ਜਾਣੇ ਅਣਜਾਣੇ ਵੀ ਮੂੰਹ 'ਚੋਂ ਇਹੋ ਜਿਹਾ ਲਫ਼ਜ਼ ਨਹੀਂ ਕੱਢਣਾ ਚਾਹੀਦਾ। ਸੋ ਇਹ ਬੇਨਤੀ ਕਰਕੇ ਮੈਂ ਸਾਰੀ ਸੰਗਤ ਨੂੰ ਦੁਬਾਰਾ ਫਿਰ ਫਤਿਹ ਬੁਲਾਉਣਾ ਕਿ ਕਦੇ ਇਸ ਤਰ੍ਹਾਂ ਦੇ ਲਫ਼ਜ਼ ਮੂੰਹ 'ਚੋਂ ਨਾ ਨਿਕਲ ਜਾਣ, ਅਤੇ ਇਹਨਾਂ ਲਫ਼ਜ਼ਾਂ ਨਾਲ ਸਭ ਦਾ ਸਤਿਕਾਰ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।